ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦੇ ਵੱਲੋਂ ਆਪਣੇ ਜਵਾਨਾਂ ਅਤੇ ਉਹਨਾਂ ਦੇ ਪਰਿਵਾਰਜਨਾਂ ਨੂੰ ਰੋਗ ਤੋਂ ਮੁਕਤ ਕਰਨ ਦੇ ਲਈ ਫ੍ਰੀ ਮੈਡੀਕਲ ਕੈਂਪ ਸਰਵਿਸ ਕਲੱਬ 'ਚ ਫੋਰਟਿਸ ਹਸਪਤਾਲ ਸਰਕਾਰੀ ਹਸਪਤਾਲ ਦੇ ਹਰ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਹਿੱਸਾ ਲਿਆ, ਜਿਸ ਵਿੱਚ ਫ੍ਰੀ ਸ਼ੂਗਰ ਟੈਸਟ, ECG, SCV ਟੈਸਟ, ਬਲੱਡ ਗਰੁੱਪ ਟੈਸਟ, ਅੱਖਾਂ ਦੇ ਟੈਸਟ, ਬੱਚਿਆਂ ਦੇ ਟੈਸਟ ਅਤੇ ਫ੍ਰੀ ਦਵਾਵਾਂ ਦਿੱਤੀਆਂ ਗਈਆਂ। ਅੱਜ ਦੇ ਜਿਹੜੇ ਮੈਡੀਕਲ ਕੈਂਪ ਵਿੱਚ ਡਾਕਟਰ ਸਾਹਿਬਾਨ ਜਿਹੜੇ ਸੁਪਰ ਸਪੈਸ਼ਲਿਸਟ ਨੇ, ਆਪੋ ਆਪਣੇ ਮਹਾਰਤ ਹੈ ਹਾਸਲ ਡਿਜ਼ੀਜ਼ ਬਾਰੇ ਉਹ ਸੇਵਾਵਾਂ ਦੇ ਰਹੇ ਹਨ। ਉਹਨਾਂ ਦੇ ਨਾਲ ਨਾਲ ਅਸੀਂ ਜਿਹੜੀ ਹੈ ਆਪਣੇ ਸਟਾਫ ਨੂੰ ਮੈਡੀਸਨ ਵੀ ਪ੍ਰੋਵਾਈਡ ਕਰਾ ਰਹੇ ਹਾਂ, ਜੋ ਕਿ ਫ੍ਰੀ ਆਫ ਕੋਸਟ ਹੈ। ਇੱਥੇ ਸਾਰੀਆਂ ਮੈਡੀਸਨ ਜਿਹੜੀਆਂ ਹੈਗੀਆਂ ਨੇ ਅਲੱਗ ਅਲੱਗ ਔਰਗਨਾਈਜੇਸ਼ਨ ਸਾਨੂੰ ਜਿਹੜੀਆਂ ਪ੍ਰੋਵਾਈਡ ਕਰਵਾ ਰਹੀਆਂ ਹਨ। ECG ਪਲੱਸ ਹੋਰ ਜਿਹੜੇ ਬਲੱਡ ਟੈਸਟ ਨੇ, ਜਿਹੜੇ ਕਿ ਕਾਫੀ ਕੀਮਤ 'ਤੇ ਬਾਹਰ ਹੁੰਦੇ ਹਨ ਕੋਸਟ 'ਤੇ, ਇਹ ਵੀ ਅੱਜ ਕੰਪਲੀਮੈਂਟਰੀ ਜਿਹੜੇ ਸਾਨੂੰ ਅਲੱਗ ਅਲੱਗ ਜਿਹੜੀ ਔਰਗਨਾਈਜੇਸ਼ਨ ਵੱਲੋਂ ਪ੍ਰੋਵਾਈਡ ਕੀਤੇ ਗਏ ਹਨ, ਸਾਰੇ ਅਸੀਂ ਇਹਨਾਂ ਨੂੰ ਮੁਹੱਈਆ ਕਰਵਾ ਰਹੇ ਹਾਂ। ਇਹ ਸਾਰੇ ਜਿਹੜੀ ਰੇਂਜ ਹੈ ਜੀ, ਸਾਡੇ ਜਿਹੜੀ ਰੇਂਜ ਵਿੱਚ 6 ਡਿਸਟ੍ਰਿਕਟ ਹਨ, ਤਰਨ ਤਾਰਨ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਸਾਰੇ ਸਟਾਫ ਜਿਹੜੇ ਅਸੀਂ ਬੁਲਾਏ ਆ, ਜਿਹੜੇ ਉਹਨਾਂ ਦੇ ਆਪ ਅਤੇ ਉਹਨਾਂ ਦੇ ਫੈਮਿਲੀ ਮੈਂਬਰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਆਪਣਾ ਆ ਕੇ ਚੈੱਕਅਪ ਕਰਾ ਸਕਦਾ। ਮੈਂ ਆਪਣੇ ਵੱਲੋਂ, ਆਪਣੇ ਸਟਾਫ ਵੱਲੋਂ, ਸਾਰੇ ਡਾਕਟਰ ਸਾਹਿਬਾਨ ਔਰ ਪ੍ਰਾਈਵੇਟ ਦੂਸਰੇ ਔਰਗਨਾਈਜ਼ ਜਿਹੜੇ ਕਿ ਸਾਨੂੰ ਹੈਲਪ ਕਰ ਰਹੇ ਹਨ ਅੱਜ ਦੇ ਕੈਂਪ ਵਿੱਚ, ਸਾਰਿਆਂ ਦਾ ਧੰਨਵਾਦ ਜੀ। ਇਹ ਸਰ, ਇਹ ਜੋ ਮੈਡੀਕਲ ਕੈਂਪ ਸਾਡੇ ਮਾਨਯੋਗ SSP ਸਾਹਿਬ, ਵਿਜੀਲੈਂਸ ਬਿਊਰੋ ਅੰਮ੍ਰਿਤਸਰ ਜੀ ਨੇ ਆਪਣੇ ਬਹੁਤ ਹੀ ਮਿਹਨਤ ਕਰਕੇ ਅਤੇ ਡਾਕਟਰ ਨੂੰ, ਡਾਕਟਰ ਸਾਹਿਬਾਂ ਨੂੰ ਬੁਲਾ ਕੇ ਇਹ ਲਵਾਇਆ ਗਿਆ। ਇਹਦੇ ਵਿੱਚ ਸਾਡੇ ਹਰ ਤਰ੍ਹਾਂ ਦੇ ਟੈਸਟ ਹੋ ਰਹੇ ਆ, ਸਾਡੀ ਜਾਂਚ ਹੋ ਰਹੀ, ਜੋ ਵੀ ਸਰੀਰਕ ਟੈਸਟ ਹਨ, ਠੀਕ ਹੈ ਜੀ, ਬਿਮਾਰੀਆਂ ਦੀ ਜਾਂਚ ਹੋ ਰਹੀ ਹੈ, ਉਹਦੇ ਕਰਕੇ ਨਾਲ ਹੀ ਸਾਨੂੰ ਮੈਡੀਸਨ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।